हथते हथ बैठन चंगा भविख नहीं लिखिया जाता जो हर काम च टाल मटोल तो कुछ नहीं सीखया जाता तो हैलो गाइस वेलकम टू टैट बजर एजुकेशनल प्लेटफॉर्म तो अच्छा गल कर रहे हैं जी टारगेट एंटिटी टी टी तरासी सौ तिरानवे के तहत जो सुपर फिफ्टीन जो अपनी सीरीज है उसका सैट नंबर ट्वेंटी एट ये जो सीरीज़ है ये तुम पता है कि एन टी टी ਸੈਕੰਡ ਪੇਪਰ ਨਾਇਬ ਸੇਲਦਾਰ ਪੰਜਾਬ ਪੁਲਿਸ ਕੋਆਪਰੇਟਿਵ ਬੈਂਕ ਠੀਕ ਹੈ ਸਾਰਿਆਂ ਲਈ ਹੈਲਪਫਲ ਹੈ ਤਾਂ ਆਪਾਂ ਚਲੋ ਜੀ ਸਟਾਰਟ ਕਰਦੇ ਹਾਂ ਐਂਟਰੀ 8793 ਪ੍ਰਤੀਦਾਜੀ ਆਪਣਾ ਪੇਡ ਕੋਰਸ ਚੱਲ ਰਿਹਾ ਹੈ ਤਾਂ ਉਸ ਵਿੱਚ ਇੱਕ ਨਵੀਂ ਫੈਸਿਲਿਟੀ ਤੁਹਾਡੇ ਲਈ ਐਡ ਹੋਈ ਹੈ ਉਹ ਫੈਸਿਲਿਟੀ ਹੈ ਜੀ ਪੀ ਡੀ ਐਫਸ ਦੀ ਠੀਕ ਹੈ ਤਾਂ 10 ਮਾਰਕਸ 10 ਜੋ ਸਬਜੈਕਟਸ ਹਨ ਠੀਕ ਹੈ ਇਹਨਾਂ ਦਾ ਜੋ ਵੀ ਅੱਜ ਤੱਕ ਅਸੀਂ ਠੀਕ ਹੈ ਜੋ ਵੀ ਕਿਤੋਂ ਵੀ ਡਾਟਾ ਲੱਭਿਆ ਠੀਕ ਹੈ ਜੋ ਵੀ ਕੰਮ ਕੀਤਾ ਹੈ ਠੀਕ ਹੈ ਕਾਫੀ ਬੁੱਕਸ ਲੈਂਦੀਆਂ ਜੋ ਵੀ ਸਾਰਾ ਕੁਝ ਸਾਰਿਆਂ ਨੂੰ ਕੰਪਾਈਲ ਕਰਕੇ ਠੀਕ ਹੈ ਤੁਹਾਡੇ ਲਈ ਇੱਕ ਜੋ ਵੀ ਅਸੀਂ ਬਣਾਇਆ ਸੀ ਕੋਰਸ ਸਾਰੀ ਦੀ ਪੀਡੀਫਸ ਤੁਹਾਨੂੰ ਅਵੇਲੇਬਲ ਹੋ ਜਾਣ ਠੀਕ ਹੈ ਸੋ ਸਿੰਪਲੀ ਟੈਕ ਟਬਜ਼ਰ ਐਪਲੀਕੇਸ਼ਨ ਤੇ ਤੁਸੀਂ ਜਾ ਸਕਦੇ ਹੋ ਠੀਕ ਹੈ ਉਸ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈ ਸੋ ਅੱਜ ਦਾ ਆਪਣਾ ਫਰਸਟ ਕੁਐਸਚਨ ਹੈ ਜੀ ਆਪਣੇ ਆਪਣੇ ਪੰਜਾਬ ਦੇ ਨਾਲ ਰਿਲੇਟਡ ਸੋ ਰੀਸੈਂਟਲੀ ਜੋ ਵਰਲਡ ਬੈਂਕ ਹੈ ਠੀਕ ਹੈ ਵਰਲਡ ਬੈਂਕ ਦਾ ਪਹਿਲੇ ਹੀ ਗੱਲ ਕਰੀਏ ਤਾਂ ਵਰਲਡ ਬੈਂਕ ਜੋ ਹੈ ਜਿਸ ਦਾ ਹੈਡਕੁਆਟਰ ਹਾਂਜੀ ਵਾਸ਼ਿੰਗਟਨ ਡੀਸੀ ਦੇ ਵਿੱਚ ਠੀਕ ਹੈ ਯੂਨਾਈਟਿਡ ਸਟੇਟਸ ਡਿਸਟ੍ਰਿਕਟ ਆਫ ਕੋਲੰਬੀਆ ਦੇ ਵਿੱਚ ਹੈ ਜੀ ਠੀਕ ਹੈ ਜੋ ਉਸਦੀ ਕੈਪੀਟਲ ਹੈ ਉਸ ਦੇ ਵਿੱਚ ਇਸਦੇ ਹੈੱਡਕੁਆਟਰ ਹਨ ਵਰਲਡ ਬੈਂਕ ਦੇ ਐਂਡ ਤੇ ਵਰਲਡ ਬੈਂਕ ਜੋ ਹੈ ਇਸਦੇ ਜੋ ਹੈੱਡ ਹਨ ਉਹ ਹਾਂਜੀ ਡੇਵਿਡ ਮਾਲਪਾਸ ਠੀਕ ਹੈ ਤਾਂ ਇਹ ਆਪਾਂ ਅਜੇ ਪਹਿਲਾ ਅੱਖਰ ਹੀ ਪੜਿਆ ਜੀ ਠੀਕ ਹੈ ਤਾਂ ਵਰਲਡ ਬੈਂਕ ਆਪਣਾ ਹੋ ਗਿਆ ਜੀ ਵਰਲਡ ਬੈਂਕ ਫਿਰ ਦੈਨ ਗੱਲ ਕਰਦੇ ਹਾਂ ਜੀ ਆਪਾਂ AIIB ਠੀਕ ਹੈ ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ ਤਾਂ ਏਸ਼ੀਅਨ ਇਨਫਰਾਸਟ੍ਰਕਚਰ ਜੋ ਇਨਵੈਸਟਮੈਂਟ ਬੈਂਕ ਹੈ ਜੀ ਇਹ ਹੈ ਜੀ ਵਿਜ਼ਿੰਗ ਚਾਈਨਾ ਦੇ ਵਿੱਚ ਠੀਕ ਹੈ ਤਾਂ ਚਾਈਨਾ ਲੈਡ ਇੱਕ ਬੈਂਕ ਹੈ ਤਾਂ ਇਹ ਵੀ ਕਾਫੀ ਲੋਨ ਦਿੰਦਾ ਹੈ ਤੇ ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ ਠੀਕ ਹੈ ਅਤੇ ਵਰਲਡ ਬੈਂਕ ਤੋਂ ਜੋ ਇੱਕ ਅਪਰੂਵਲ ਹੋਇਆ ਜੀ 5 300 ਮਿਲੀਅਨ ਠੀਕ ਹੈ 300 ਮਿਲੀਅਨ ਜੋ ਯੂਐਸ ਡਾਲਰ ਦਾ ਲੋਨ ਦਾ ਅਪਰੂਵਲ ਹੋਇਆ ਹੈ ਜੀ ਕਿਸ ਵਾਸਤੇ ਪੰਜਾਬ ਵਾਸਤੇ ਠੀਕ ਹੈ ਤਾਂ ਪੰਜਾਬ ਨੇ ਇਹ ਲੋਨ ਕਿਉਂ ਲਿਆ ਜੀ ਤਾਂ ਕਿ ਜੋ ਨਹਿਰੀ ਪਾਣੀ ਠੀਕ ਹੈ ਨਹਿਰੀ ਜਲ ਨੂੰ ਪੀਣ ਯੋਗ ਸਪਲਾਈ ਠੀਕ ਹੈ ਨਹਿਰੀ ਜਲ ਦੀ ਜੋ ਪੀਣ ਯੋਗ ਪਾਣੀ ਬਣਾਇਆ ਜਾਏਗਾ ਠੀਕ ਹੈ ਅਤੇ ਉਸ ਦੀ ਜੋ ਸਪਲਾਈ ਹੈ ਦੀ ਸਪਲਾਈ ਕੀਤੀ ਜਾਏਗੀ ਜੀ ਵੱਡੇ ਸ਼ਹਿਰਾਂ ਵਿੱਚ ਜਿਵੇਂ ਕਿ ਅੰਮ੍ਰਿਤਸਰ ਅਤੇ ਲੁਧਿਆਣਾ ਨੂੰ ਫੋਕਸ ਰੱਖ ਕੇ ਇਹ ਠੀਕ ਹੈ ਜੀ ਲੋਨ ਲਿਆ ਗਿਆ ਹੈ ਠੀਕ ਹੈ ਜੀ ਤਾਂ ਇਹ ਸੀ ਜੀ ਪੰਜਾਬ ਨੇ ਲੋਨ ਲਿਆ ਹੈ ਜੀ AIB ਤੋਂ ਅਤੇ World Bank ਤੋਂ ਠੀਕ ਹੈ 300 ਮਿਲੀਅਨ ਡਾਲਰਸ ਸੋ ਦੈਨ ਆਪਾਂ ਗੱਲ ਕਰਦੇ ਹਾਂ ਜੀ ਤਾਂ ਸੈਕਿੰਡ ਕੁਐਸਚਨ ਹੈ ਜੀ ਸਾਹਿਤ ਵਿੱਚ ਜੋ ਸਭ ਤੋਂ ਪਹਿਲਾਂ ਗਿਆਨਪੀਠ ਵਾਰ ਠੀਕ ਹੈ ਜਿਸ ਨੂੰ ਆਪਾਂ ਇੰਗਲਿਸ਼ ਚ ਜਨਨਪੀਠ ਅਵਾਰਡ ਕਹਿ ਦਿੰਦੇ ਹਾਂ ਠੀਕ ਹੈ ਤਾਂ ਸਾਹਿਤ ਵਿੱਚ ਸਭ ਤੋਂ ਪਹਿਲਾਂ ਜੋ ਗਿਆਨਪੀਠ ਵਾਰ ਠੀਕ ਹੈ ਭਾਰਤ ਵਿੱਚ ਮਿਲਿਆ ਤਾਂ ਉਸ ਮਿਲਿਆ ਜੀ ਜੀ ਸ਼ੰਕਰ ਕਰੂਪ ਠੀਕ ਹੈ ਜੀ ਸ਼ੰਕਰ ਕਰੂਪ ਜੀ ਨੂੰ ਸਭ ਤੋਂ ਪਹਿਲਾਂ ਗਿਆਨਪੀਠ ਅਵਾਰਡ ਮਿਲਿਆ ਜੀ ਠੀਕ ਹੈ ਭਾਰਤ ਦੇ ਵਿੱਚ ਤੇ ਜੋ ਰੀਸੈਂਟਲੀ ਜੋ ਗਿਆਨਪੀਠ ਅਵਾਰਡ ਮਿਲਿਆ ਹੈ ਜੀ ਉਹ ਹੈ ਜੀ ਜੋ ਮਲਿਆਲਮ ਦੇ ਲੇਖਕ ਹਨ ਉਹਨਾਂ ਦੀ ਹਾਲੀ ਦੇ ਵਿੱਚ ਡੈਥ ਵੀ ਹੋ ਗਈ ਹੈ ਠੀਕ ਹੈ ਅਕੀਤਮ ਅਚਯਤਨ ਨਮੂਦਰੀ ਠੀਕ ਹੈ ਕੇਰਲ ਦੇ ਹਨ ਠੀਕ ਹੈ ਮਲਿਆਲਮ ਰਾਈਟਰ ਹਨ ਅਕੀਤਮ ਅਚਯਤਨ ਨਮੂਦਰੀ ਠੀਕ ਹੈ ਅਤੇ ਪੰਜਾਬ ਵਿੱਚ ਪੰਜਾਬੀ ਪਾਸ਼ਾ ਨਾਲ ਰਿਲੇਟਡ ਇੱਕ ਤਾਂ ਜੀ ਗੁਰਦੇਵਾਲ ਸਿੰਘ ਜੀ ਨੂੰ ਮਿਲਿਆ ਹੈ ਠੀਕ ਹੈ ਅਤੇ ਇੱਕ ਮਿਲਿਆ ਹੈ ਜੀ ਅਮ੍ਰਿਤਾ ਪ੍ਰੀਤਮ ਜੀ ਨੂੰ ਠੀਕ ਹੈ ਅਮ੍ਰਿਤਾ ਪ੍ਰੀਤਮ ਜੀ ਨੂੰ ਕਾਗਜ਼ ਤੇ ਕੈਨਵਸ ਲਈ ਮਿਲਿਆ ਠੀਕ ਹੈ ਜੀ ਤਾਂ ਗੁਰਦੇਵਾਲ ਸਿੰਘ ਜੀ ਨੂੰ ਅਤੇ ਅਮ੍ਰਿਤਾ ਪ੍ਰੀਤਮ ਜੀ ਸਭ ਤੋਂ ਪਹਿਲਾਂ ਜੋ ਗਿਆਨ ਪੀਠਾ ਵਾਰ ਮਿਲਿਆ ਸੀ ਜੀ ਜੀ ਸ਼ੰਕਰ ਕਰੂਪ ਜੀ। ਤਾਂ ਆਪਣਾ 3rd ਕੁਐਸਚਨ ਹੈ। ਕਿਹੜੇ ਲੇਖਕ ਨੂੰ ਜੋ ਪੰਜਾਬੀ ਜੋ ਆਪਣਾ ਨਾਟਕ ਹੈ ਠੀਕ ਹੈ ਉਸ ਨੂੰ ਪੰਜਾਬੀ ਨਾਟਕ ਦਾ ਪਿਤਾਮਾ ਕਿਹਾ ਜਾਂਦਾ ਹੈ। ਠੀਕ ਹੈ ਪੰਜਾਬੀ ਨਾਟਕ ਦਾ ਪਿਤਾਮਾ ਕਿਹਾ ਜਾਂਦਾ ਜੀ ਈਸ਼ਵਰ ਚੰਦਰ ਨੰਦਾ ਨੂੰ ਕਿਉਂਕਿ ਇਹਨਾਂ ਨੇ ਇਸ ਤਰ੍ਹਾਂ ਦੀ ਰਾਈਟਿੰਗਸ ਕੀਤੀਆਂ ਸਨ ਠੀਕ ਹੈ ਇਸ ਤਰ੍ਹਾਂ ਦੇ ਨਾਵਲ ਲਿਖੇ ਸਨ ਜਿਸ ਨਾਟਕ ਲਿਖੇ ਸਨ ਠੀਕ ਹੈ ਜਿਨ੍ਹਾਂ ਨੂੰ ਸਟੇਜ ਤੇ ਖੇਡਿਆ ਜਾ ਸਕਿਆ ਠੀਕ ਹੈ ਜਿਵੇਂ ਬੇਬੇ ਰਾਮ ਪਜਨੀ ਇਹਨਾਂ ਦੀ ਇੱਕ ਫੇਮਸ ਠੀਕ ਹੈ ਨਾਟਕ ਹੈ ਠੀਕ ਹੈ ਬੇਬੇ ਰਾਮ ਪਜਨੀ ਤੇ ਸੰਤ ਸਿੰਘ ਸਿੱਖੋਂ ਨੂੰ ਪੰਜਾਬੀ ਲਿਟਰੇਚਰ ਦਾ ਬਾਬਾ ਬੋੜ ਕਿਹਾ ਜਾਂਦਾ ਹੈ ਠੀਕ ਹੈ ਅਤੇ ਬਦਲਵੰਤ ਗਾਰਗੀ ਦੀਆਂ ਵੀ ਕਾਫੀ ਮੇਨ ਪੁਸਤਕਾਂ ਹਨ ਠੀਕ ਹੈ ਉਹਨਾਂ ਬਾਰੇ ਆਪਾਂ ਅਗਰ ਚਰਚਾ ਕਰੀਏ ਤਾਂ ਠੀਕ ਹੈ ਤਾਂ ਉਹ ਹੈ ਜੀ ਇਨਾਂ ਦੀ ਇੱਕ ਆਟੋ ਬਾਇਓਗ੍ਰਾਫੀ ਕਾਫੀ ਇੰਪੋਰਟੈਂਟ ਹੈ ਉਹ ਹੈ ਜੀ ਦਾ ਨੇਕਡ ਟ੍ਰੈਂਗਲ ਠੀਕ ਹੈ ਦਾ ਨੇਕਡ ਟ੍ਰੈਂਗਲ ਜੋ ਇਹਨਾਂ ਦੀ ਆਟੋ ਬਾਇਓਗ੍ਰਾਫੀ ਹੈ ਉਹ ਕਾਫੀ ਇੰਪੋਰਟੈਂਟ ਹੈ ਇਸ ਯਾਦ ਰੱਖ ਲੋ ਦਾ ਨੇਕਡ ਟ੍ਰੈਂਗਲ ਇਹਨਾਂ ਦੀ ਜੋ ਆਟੋ ਬਾਇਓਗ੍ਰਾਫੀ ਹੈ ਜੀ ਬਲਵੰਤ ਗਾਰਗੀ ਜੀ ਸੋ ਦੈਨ ਇਹ ਕੁਐਸਚਨਸ ਮੈਂ ਕਰੰਟ ਅਫੇਅਰਸ ਵਿੱਚ ਕਰਾਇਆ ਰੀਸੈਂਟਲੀ ਦਾ ਵਿਚ ਹੂ ਹੈਜ਼ ਬੀਨ ਰੀਸੈਂਟਲੀ ਅਪointed ਐਸ ਦਾ ਨਿਊ ਇਲੈਕਸ਼ਨ ਕਮਿਸ਼ਨਰ ਤਾਂ ਇਲੈਕਸ਼ਨ ਕਮਿਸ਼ਨਰ ਠੀਕ ਹੈ ਤੁਹਾਨੂੰ ਪਤਾ ਇੱਕ ਇੱਕ ਹੁੰਦਾ ਹੈ ਜੀ ਚੀਫ ਇਲੈਕਸ਼ਨ ਕਮਿਸ਼ਨਰ ਠੀਕ ਹੈ ਜੋ ਕਿ ਹਾਲੀ ਦੇ ਵਿੱਚ ਹਨ ਸੁਸ਼ੀਲ ਚੰਦਰਾ ਅਤੇ ਉਹਨਾਂ ਦੇ ਥੱਲੇ ਵੀ ਦੋ ਇਲੈਕਸ਼ਨ ਕਮਿਸ਼ਨਰ ਹੁੰਦੇ ਹਨ ਠੀਕ ਹੈ ਤੇ ਕਿਸੇ ਵੀ ਇੱਕ ਇਲੈਕਸ਼ਨ ਕਮਿਸ਼ਨਰ ਨੂੰ ਹਟਾਉਣਾ ਹੋਵੇ ਤਾਂ ਇਸ ਜੋ ਇਲੈਕਸ਼ਨ ਕਮਿਸ਼ਨਰ ਹਨ ਠੀਕ ਹੈ ਚੀਫ ਨਾਲ ਸਹਿਮਤੀ ਕਰਨੀ ਪੈਂਦੀ ਹੈ ਠੀਕ ਹੈ ਅਤੇ ਜੋ ਇੱਕ ਇਲੈਕਸ਼ਨ ਕਮਿਸ਼ਨਰ ਉਹ ਹਨ ਜੀ ਰਾਜੀਵ ਪਾਂਡੇ ਅਤੇ ਜੋ ਨਵੇਂ ਇਲੈਕਸ਼ਨ ਕਮਿਸ਼ਨਰ ਬਣੇ ਹਨ ਠੀਕ ਹੈ ਇਹ ਯੂਪੀ ਬੈਚ ਦੇ ਇੱਕ ਆਈਐਸ ਅਧਿਕਾਰੀ ਸਨ ਰਿਟਾਇਰ ਅਤੇ ਇਹ ਬਣੇ ਹਨ ਜੀ ਦੂਸਰੇ ਜੋ ਇਲੈਕਸ਼ਨ ਕਮਿਸ਼ਨਰ ਹਨ ਠੀਕ ਹੈ ਅਨੂਪ ਚੰਦਰ ਪਾਂਡੇ ਠੀਕ ਹੈ ਅਨੂਪ ਚੰਦਰ ਪਾਂਡੇ ਇਹ ਬਣੇ ਹਨ ਜੀ ਇਲੈਕਸ਼ਨ ਕਮਿਸ਼ਨਰ ਦੂਸਰੇ ਨੰਬਰ ਤੇ ਠੀਕ ਹੈ ਤਾਂ ਇਹ ਕਾਫੀ ਲੇਟੈਸਟ ਕੁਐਸਚਨ ਹੈ ਸੋ ਦੈਨ ਆਪਣਾ 5th ਕੁਐਸਚਨ ਹੈ ਕਿ ਸਵਾਮੀ ਦਯਾਨੰਦ ਸਰਸਵਤੀ ਜੀ ਦਾ ਜਨਮ 12 ਫਰਵਰੀ ਨੂੰ ਹੋਇਆ ਸੀ ਠੀਕ ਹੈ 12 ਫਰਵਰੀ ਨੂੰ ਹੋਇਆ ਸੀ ਅਤੇ ਸਿੰਪਲੀ ਦੱਸਣਾ ਹੈ ਕਿ ਉਹਨਾਂ ਨੇ ਕਿਸ ਦੀ ਸਥਾਪਨਾ ਕੀਤੀ ਸੀ ਠੀਕ ਹੈ ਉਹ ਕਿਹੜੇ ਸਮਾਜ ਦੇ ਸੰਸਥਾਪਕ ਸਨ ਠੀਕ ਹੈ ਤਾਂ Swami Dayanand ji Arya Samaj ਦੇ 1875 ਵਿੱਚ Arya Samaj ਦੀ ਸਥਾਪਨਾ ਕੀਤੀ ਸੀ ਠੀਕ ਹੈ ਤਾਂ Arya Samaj ਦੇ ਸੰਸਥਾਪਕ ਸਨ ਠੀਕ ਹੈ ਇਹਨਾਂ ਦਾ ਬਚਪਨ ਦਾ ਨਾਮ ਕੀ ਸੀ ਜੀ ਮੂਲ ਸ਼ੰਕਰ ਠੀਕ ਹੈ ਅਤੇ ਇਹਨਾਂ ਨੇ ਇੱਕ slogan ਦਿੱਤਾ ਸੀ ਜੀ ਵੇਦੋਂ ਕੀ ਔਰ ਲੋਟੋ ਠੀਕ ਹੈ ਵੇਦੋਂ ਕੀ ਔਰ ਲੋਟੋ ਇਹਨਾਂ ਨੇ ਇੱਕ slogan ਦਿੱਤਾ ਸੀ ਠੀਕ ਹੈ ਅਤੇ ਇਹਨਾਂ ਦੀ ਜੋ ਬੁੱਕ ਹੈ ਉਹ ਹੈ ਜੀ ਸਤਿਆਰਥ ਪ੍ਰਕਾਸ਼ ਤਿਆਰਤ ਪ੍ਰਕਾਸ਼ ਠੀਕ ਹੈ ਤਾਂ ਪਿਛਲੀ ਵੀਡੀਓ ਵਿੱਚ ਇੱਕ ਮਿਸਟੇਕ ਹੋ ਗਈ ਸੀ ਆਪਣੇ ਕੋਲ ਕਿ ਦਲ ਖਾਲਸਾ ਦੀ ਸਥਾਪਨਾ ਠੀਕ ਹੈ ਦਲ ਖਾਲਸਾ ਦੀ ਜੋ ਐਗਜ਼ੈਕਟ ਸਥਾਪਨਾ ਦੀ ਡੇਟ ਹੈ ਉਹ ਤੁਸੀਂ ਨੋਟ ਕਰ ਸਕਦੇ ਹੋ ਇਸ ਦੀ ਜੋ ਐਗਜ਼ੈਕਟ ਡੇਟ ਹੈ ਜੀ 29 ਮਾਰਚ 1748 ਇਸਮ ਠੀਕ ਹੈ ਅੰਮ੍ਰਿਤਸਰ ਵਿਖੇ ਠੀਕ ਹੈ 29 ਮਾਰਚ 1748 ਤਾਂ ਇਹ ਜੋ ਹੈ ਐਗਜ਼ੈਕਟ ਡੇਟ ਹੈ ਜੀ ਦਲ ਖਾਲਸਾ ਦੀ ਸਥਾਪਨਾ ਦੀ ਦੈਨ ਆਪਣਾ 6th ਕੁਐਸਚਨ ਹੈ ਤਾਂ ਕਾਫੀ ਕਾਮਨ ਕੁਐਸਚਨ ਹੈ ਦਾ ਸਵਚ ਭਾਰਤ ਮਿਸ਼ਨ ਠੀਕ ਹੈ ਆਪਾਂ ਕਰਦੇ ਰਹਿਣੇ ਹਾਂ ਜੀ ਸਵਚ ਭਾਰਤ ਠੀਕ ਹੈ ਸਵਚ ਭਾਰਤ ਮਿਸ਼ਨ ਕਦੋਂ ਲਾਂਚ ਕੀਤਾ ਗਿਆ ਠੀਕ ਹੈ ਸਵਚ ਭਾਰਤ ਮਿਸ਼ਨ ਵਾਸ ਲਾਂਚਡ ਔਨ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਗਾਂਧੀ ਜੀ ਦੇ ਜਨਮ ਦਿਨ ਤੇ ਠੀਕ ਹੈ ਜਦੋਂ ਹੀ ਮੋਦੀਜ਼ ਗਵਰਨਮੈਂਟ ਆਈ ਸੀ ਠੀਕ ਹੈ 2014 ਵਿੱਚ ਜਦੋਂ ਹੀ ਮੋਦੀ ਗਵਰਨਮੈਂਟ ਆਈ ਸੀ ਠੀਕ ਹੈ ਗਾਂਧੀ ਜੀ ਦੇ ਬਡੇ ਤੇ ਸ਼ੁਰੂ ਕੀਤਾ ਗਿਆ ਸੀ ਸਵਚ ਭਾਰਤ मिशन ठीक है स्वच्छ भारत अभियान ठीक है तो सिंपली ਤੁਸੀਂ ਇਸ ਨੂੰ ਬਸ ਯਾਦ ਹੀ ਰੱਖਣਾ ਹੈ ਠੀਕ ਹੈ 2 ਅਕਤੂਬਰ 2014 ਸੋ ਦੈਨ BCG ਵੈਕਸੀਨ ਠੀਕ ਹੈ ਤਾਂ ਇੱਥੇ ਵੀ ਪਿਛਲੀ ਵੀਡੀਓ ਵਿੱਚ ਸ਼ਾਇਦ ਇੱਕ ਗਲਤੀ ਹੋਈ ਸੀ ਕਿ BCG ਦਾ ਮੈਂ ਕੁਝ ਹੋਰ ਬੋਲ ਦਿੱਤਾ ਸੀ ਪਰ ਇਸ ਦਾ ਰਾਈਟ ਆਨਸਰ ਹੈ ਉਹ ਹੈ ਜੀ ਠੀਕ ਹੈ ਉਹ ਹੈ ਜੀ ਆਪਣੇ ਕੋਲ TB ਠੀਕ ਹੈ TB ਯਾਨੀ ਟਿਊਬਰਕਲੋਸਿਸ ਤਾਂ BCG ਜੋ ਕਿ ਹੈ ਬੈਸਿਲਸ ਕਾਲਮੈਟ ਗ੍ਰੀਨ ਠੀਕ ਹੈ ਬੈਸੀਲਸ ਕਾਲਮੈਟ ਗ੍ਰੀਨ ਤਾਂ ਇਹ ਹੈ ਜੀ ਬੀ ਸੀ ਜੀ ਦਾ ਟਿਕਾ ਠੀਕ ਹੈ ਅਤੇ ਇਹ ਟੀ ਬੀ ਵਿੱਚ ਲਗਾਇਆ ਜਾਂਦਾ ਹੈ ਠੀਕ ਹੈ ਜੀ ਇਹ ਵੀ ਦੇ ਅਗੇਂਸਟ ਠੀਕ ਹੈ ਟੀ ਬੀ ਦੇ ਵਿਰੁੱਧ ਇਹ ਦਿੱਤਾ ਜਾਂਦਾ ਹੈ ਜੀ ਬੀ ਸੀ ਜੀ ਦਾ ਟਿਕਾ ਸੋ ਦੈਨ ਇਹ ਜੋ ਗੱਲ ਹੈ ਜੀ ਜਮ ਨਾਲ ਰਿਲੇਟਡ ਤਾਂ ਵਾਟ ਇਜ਼ ਦਾ ਗ੍ਰੀਕ ਨੇਮ ਆਫ ਰਿਵਰ ਜੇਲਮ ਠੀਕ ਹੈ ਜੋ ਪੁਰਾਣੇ ਪੰਜਾਬ ਵਿੱਚ ਠੀਕ ਹੈ ਉਹਨ ਪਾਕਿਸਤਾਨ ਵਿੱਚ ਚਲਾ ਗਿਆ ਠੀਕ ਹੈ ਉੱਥੇ ਗ੍ਰੀਕ ਜੋ ਇੱਕ ਜੇਲਮ ਨਦੀ ਵਹਿੰਦੀ ਸੀ ਠੀਕ ਹੈ ਅਤੇ ਜੇਲਮ ਨਦੀ ਦਾ ਆਪਾਂ ਦੱਸਣਾ ਹੈ ਜੀ ਕਿ ਯੂਨਾਨੀ ਨਾਮ ਯਾਨੀ ਗ੍ਰੀਕ ਨਾਮ ਜੇਲਮ ਨਦੀ ਦਾ ਕੀ ਹੈ ਠੀਕ ਹੈ ਤਾਂ ਹਾਇਡਸ ਪਾਸ ਠੀਕ ਹੈ ਹਾਇਡਸ ਪਾਸ ਇਸ ਦਾ ਜੋ ਯੂਨਾਨੀ ਨਾਮ ਹੈ ਅਤੇ ਕਿਹਾ ਜਾਂਦਾ ਹੈ ਕਿ 326 BC ਵਿੱਚ ਇੱਥੇ ਜੋ ਆਇਆ ਸੀ ਜੀ ਸਿਕੰਦਰ ਠੀਕ ਹੈ ਅਤੇ ਸਿਕੰਦਰ ਤੇ ਪੋਰਸ ਦੀ ਲੜਾਈ ਹੋਈ ਸੀ ਠੀਕ ਹੈ ਤਾਂ ਉਸ ਬਾਰੇ ਇੱਥੇ ਕਿਹਾ ਜਾਂਦਾ ਹੈ ਤੇ 323 ਵਿੱਚ ਜੋ ਸਿਕੰਦਰ ਦੀ ਅਲੈਗਜ਼ੈਂਡਰ ਦੀ ਡੈਥ ਹੋਈ ਸੀ ਠੀਕ ਹੈ ਸਿਕੰਦਰ ਨੂੰ ਅਲੈਗਜ਼ੈਂਡਰ ਕਿਹਾ ਜਾਂਦਾ ਹੈ ਤੇ ਆਪਾਂ ਪੰਜਾਬੀ ਵਿੱਚ ਉਸ ਨੂੰ ਸਿਕੰਦਰ ਲਿਖਦੇ ਹਾਂ ਸੋ WhatsApp ਗਰੁੱਪਸ ਦਾ ਹਿੱਸਾ ਬਣਨ ਲਈ ਸਿੰਪਲੀ ਤੁਸੀ ਆਪਦਾ ਨੇਮ ਲਿਖਣਾ ਹੈ ਆਫ ਦਾ ਪੇਪਰ ਲਿਖਣਾ ਹੈ ਠੀਕ ਹੈ ਜੀ ਐਂਡ ਆਪਦੀ ਜੋ ਸਿਟੀ ਲਿਖਣੀ ਹੈ ਠੀਕ ਹੈ ਉਹ ਐਂਡ ਮੇਲ ਫੀਮਲ ਮੈਂਸ਼ਨ ਕਰਕੇ ਆਪ ਨੇ ਇਸ ਨੰਬਰ ਤੇ ਭੇਜ ਸਕਦੇ ਹੋ ਠੀਕ ਹੈ ਤਾਂ ਕਿ ਆਪਾਂ ਕਨੈਕਟ ਕਰ ਸਕੀਏ ਦਨ ਪੰਜਾਬ ਪੁਲਿਸ ਠੀਕ ਹੈ ਜੇਲ ਵਾਰਡਨ ਐਂਡ ਮਾਰਟਰ ਇਸ ਤੋਂ ਇਲਾਵਾ ਕੋਆਪਰੇਟਿਵ ਬੈਂਕ ਦਾ ਵੀ ਨਵਾਂ ਕੋਰਸ ਆਪਣੀ ਐਪਲੀਕੇਸ਼ਨ ਤੇ ਲਾਂਚ ਹੋ ਚੁੱਕਿਆ ਹੈ ਜੀ ਪੰਜਾਬ ਪਟਵਾਰੀ ਦਾ ਕ੍ਰੈਸ਼ ਕੋਰਸ ਠੀਕ ਹੈ ਇਹ ਵੀ ਚੱਲ ਰਿਹਾ ਹੈ ਠੀਕ ਹੈ ਇਸ ਵਿੱਚ ਕਾਫੀ ਵਧੀਆ ਰਫ਼ਤਾਰ ਨਾਲ ਆਪਾਂ ਅੱਗੇ ਵਧ ਰਹੇ ਹਾਂ ਠੀਕ ਹੈ ਤਾਂ ਪੰਜਾਬ ਪਟਵਾਰੀ ਕ੍ਰੈਸ਼ ਕੋਰਸ ਜਰੂਰ ਤੁਸੀਂ ਡੈਮੋ ਲੈਕਚਰ ਚੈੱਕ ਕਰ ਸਕਦੇ ਹੋ ਤੇ ਈਟਟੀ ਜੋ ਕਿ ਆਪਣਾ ਸੈਕੰਡ ਪੇਪਰ ਹੈ ਠੀਕ ਹੈ ਉਸ ਦਾ ਕੋਰਸ ਵੀ ਚੱਲ ਰਿਹਾ ਹੈ ਐਂਡ ਜੋ ਐਂਟੀਟੀ 8393 ਠੀਕ ਹੈ ਉਸ ਦੇ ਲਾਸਟ ਹੀ ਦਿਨ ਬਚੇ ਹੋਏ ਹਨ ਠੀਕ ਹੈ ਤਾਂ ਤੁਸੀਂ 100 ਨੰਬਰ ਜੋ ਉਸ ਕੀ 60 ਇਸ ਵਿੱਚ ਤੁਹਾਨੂੰ 100 ਨੰਬਰਾਂ ਦੇ ਪੂਰੇ ਤਾਂ ਪੂਰੇ ਇੱਕ ਤਾਂ ਤੁਹਾਨੂੰ ਪੀਡੀਫਸ ਮਿਲ ਜਾਣਗੇ ਠੀਕ ਹੈ ਅਤੇ 60 ਨੰਬਰਾਂ ਦੇ ਵੀਡੀਓ ਲੈਕਚਰਸ ਤੁਹਾਨੂੰ ਮਿਲ ਜਾਣਗੇ ਠੀਕ ਹੈ ਜੀ ਥੈਨ ਆਪਣਾ ਹੈ ਜੀ కెਮਿਸਟਰੀ ਨਾਲ ਰਿਲੇਟਡ ਕਾਫੀ ਇੰਪੋਰਟੈਂਟ ਕੁਸ਼ਨ ਤਾਂ ਬਾਈ ਪ੍ਰੋਡਕਟ ਆਫ ਦਾ ਸਾਬਣ ਠੀਕ ਹੈ ਤਾਂ ਸਾਬਣ ਜਦੋਂ ਬਣਾ ਬਣਾਉਂਦੇ ਹਾਂ ਅਕ ਆਪਾਂ ਠੀਕ ਹੈ ਜਦੋਂ ਆਪਾਂ ਸਾਬਣ ਬਣਾਇਆ ਜਾਂਦਾ ਹੈ ਠੀਕ ਹੈ ਤਾਂ ਉਸ ਦੇ ਨਾਲ ਇੱਕ ਵਿਅਰਥ ਪਦਾਰਥ ਨਿਕਲਦਾ ਹੈ ਠੀਕ ਹੈ ਵਾਧੂ ਪਦਾਰਥ ਨਿਕਲਦਾ ਹੈ ਤਾਂ ਉਸ ਦਾ ਨਾਮ ਕੀ ਹੈ ਤਾਂ ਇਹ ਜੋ ਰਿਐਕਸ਼ਨ ਦੇਖ ਰਹੇ ਆਂ ਆਪਾਂ ਠੀਕ ਹੈ ਟ੍ਰਾਈਗਲਿਸਰਾਈਡ ਠੀਕ ਹੈ ਫੈਟ ਜਾਂ ਔਇਲ ਨੂੰ ਠੀਕ ਹੈ ਕੋਈ ਵੀ ਆਪਾਂ ਫੈਟ ਜਾਂ ਔਇਲ ਲਾਵਾਂਗੇ ਠੀਕ ਹੈ ਉਸ ਨੂੰ ਆਪਾਂ ਸੋਡੀਅਮ ਹਾਈਡਰੋਕਸਾਈਡ ਨਾਲ ਜਦੋਂ ਵੀ ਆਪਾਂ ਕੰਬਾਈਨ ਕਰਾਂਗੇ ਠੀਕ ਹੈ ਜੀ ਤਾਂ ਦੈਨ ਆਪਣੇ ਕੋਲ ਸੋਪ ਆ ਜਾਏਗਾ ਠੀਕ ਹੈ ਫੈਟ ਜਾਂ ਔਇਲ ਨੂੰ ਠੀਕ ਹੈ 베이스 ਨਾਲ ਰਿਐਕਟ ਕਰਨ ਨਾਲ ਠੀਕ ਹੈ ਸੋਪ ਆ ਜਾਏਗਾ ਅਤੇ ਜੋ ਇੱਕ ਜੋ ਐਕਸਟਰਾ ਮਟੀਰੀਅਲ ਆਪਣੇ ਕੋਲ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਜੀ ਬਾਈ ਪ੍ਰੋਡਕਟ ਠੀਕ ਹੈ ਬਾਧੂ ਪਦਾਰਥ ਜੋ ਆਪਾਂ ਨੂੰ ਨਹੀਂ ਚਾਹੀਦਾ ਉਹ ਹੈ ਜੀ ਗਲਿਸਰੋਲ ਠੀਕ ਹੈ ਗਲਿਸਰੋਲ ਇਜ਼ ਦਾ ਰਾਈਟ ਆਨਸਰ ਦਾ ਗਲਿਸਰੋਲ ਜਾਂ ਗਲਾਈਸਰੋਲ ਦਾ ਗਲਿਸਰੋਲ ਜੋ ਹੈ ਜੀ ਇਹ ਐਕਸਟਰਾ ਪ੍ਰੋਡਕਟ ਹੈ ਜੀ ਜੋ ਆਪਾਂ ਸਾਬਨ ਦੀ ਪ੍ਰੋਡਕਸ਼ਨ ਕਰਦੇ ਹਾਂ ਉਸ ਦੇ ਨਾਲ ਆ ਜਾਂਦਾ ਹੈ ਠੀਕ ਹੈ ਜੀ ਇਸ ਰਿਐਕਸ਼ਨ ਤੋਂ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਚੁੱਕਿਆ ਹੋਵੇਗਾ ਦਾ ਗਲਿਸਰੋਲ ਹੈ ਜੀ ਐਕਸਟਰਾ ਪ੍ਰੋਡਕਟ ਠੀਕ ਹੈ ਜੋ ਸਾਬਨ ਦੀ ਪ੍ਰੋਡਕਸ਼ਨ ਦੇ ਨਾਲ ਆਪਣੇ ਕੋਲ ਆ ਜਾਂਦਾ ਹੈ ਸੋ ਦੈਨ ਆਪਣਾ 10th ਕੁਐਸਚਨ ਹੈ ਕਿ ਭਾਰਤ ਵਿੱਚ ਹੈਥ ਲਿਖਿਆਂ ਵਿੱਚੋਂ ਕਿਹੜੀ ਏਜੰਸੀ ਮੁੱਖ ਰੂਪ ਵਿੱਚ ਪ੍ਰਦੂਸ਼ਣ ਨੂੰ ਮਾਪਣ ਨਾਲ ਸੰਬੰਧਿਤ ਹੈ ਠੀਕ ਹੈ ਤਾਂ ਮੇਨਲੀ ਕਨਸਰਨਡ ਵਿਦ ਦਾ ਮੈਜ਼ਰਮੈਂਟ ਆਫ ਪੋਲਿਊਸ਼ਨ ਇਨ ਇੰਡੀਆ ਤਾਂ ਭਾਰਤ ਵਿੱਚ ਜੋ ਪ੍ਰਦੂਸ਼ਣ ਹੈ ਠੀਕ ਹੈ ਉਸ ਨੂੰ ਮਾਪਦੀ ਹੈ ਜੀ ਜੋ ਏਜੰਸੀ ਹੈ ਜੀ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਠੀਕ ਹੈ ਜਿਸ ਨੂੰ ਆਪਾਂ ਸੀਪੀਸੀਬੀ ਕਹਿੰਨੇ ਆ ਠੀਕ ਹੈ ਸੀਪੀਸੀਬੀ ਤਾਂ ਸੀਪੀਸੀਬੀ ਜੋ ਹੈ ਇਹ ਪ੍ਰਦੂਸ਼ਣ ਦੇ ਨਾਲ ਰਿਲੇਟਡ ਜੋ ਭਾਰਤ ਵਿੱਚ ਠੀਕ ਹੈ ਅੰਕੜੇ ਵੀ ਜਾਰੀ ਕਰਦੀ ਹੈ ਠੀਕ ਹੈ ਸੀਪੀਸੀਬੀ ਇਸ ਨਾਲ ਰਿਲੇਟਡ ਹੈ ਠੀਕ ਹੈ ਤੇ ਜੋ ਸੀਪੀਸੀਬੀ ਦੀ ਸਥਾਪਨਾ ਹੋਈ ਸੀ 1970 ਵਿੱਚ ਜੋ ਵਾਟਰ ਐਕਟ ਬਣਿਆ ਸੀ ਠੀਕ ਹੈ 1970 ਦਾ ਜੋ ਵਾਟਰ ਐਕਟ ਬਣਿਆ ਸੀ ਉਸ ਦੇ ਤਹਿਤ ਜੋ ਸੀਪੀਸੀਬੀ ਠੀਕ ਹੈ ਉਸ ਦੀ ਸਥਾਪਨਾ ਹੋਈ ਸੀ ਠੀਕ ਹੈ ਜੀ ਥੈਨ ਆਪਣਾ 11th ਕੁਐਸਚਨ ਹੈ ਕਿ ਗੁਰੂ ਅੰਗਦ ਦੇਵ ਜੀ ਠੀਕ ਹੈ ਕਦੋਂ ਗੁਰਗੱਦੀ ਤੇ ਬਿਰਾਜਮਾਨ ਹੋਏ ਸੀ ਠੀਕ ਹੈ ਤਾਂ ਇਹਨਾਂ ਦਾ ਪਹਿਲਾ ਨਾਮ ਸੀ ਜੀ ਪਾਈ ਲੈਣਾ ਤੁਸੀਂ ਦੱਸ ਸਕਦੇ ਹੋ ਕਿ ਕਦੋਂ ਗੁਰਗੱਦੀ ਤੇ ਬਿਰਾਜਮਾਨ ਹੋਏ ਸਨ ਠੀਕ ਹੈ ਤਾਂ ਇਮੀਡੀਏਟਲੀ ਗੁਰਨਾਨਕ ਦੇਵ ਜੀ ਜਦੋਂ ਡੈਥ ਹੋ ਗਈ ਸੀ ਠੀਕ ਹੈ ਉਸ ਤੋਂ ਬਾਅਦ ਇਹ ਬਿਰਾਜਮਾਨ ਹੋਏ ਸਨ ਠੀਕ ਹੈ 1539 ਵਿੱਚ ਠੀਕ ਹੈ 1539 ਤੋਂ 1552 ਤੱਕ ਰਹੇ ਸਨ ਠੀਕ ਹੈ ਜੀ ਗੁਰਗੱਦੀ ਤੇ ਗੁਰੂ ਅੰਗਦ ਦੇਵ ਜੀ ਆਪਣੇ ਦੂਸਰੇ ਗੁਰੂ ਠੀਕ ਹੈ ਤਾਂ ਗੁਰਮੁਖੀ ਦੇ ਲਿਪੀ ਦੇ ਵਿਕਾਸ ਵਿੱਚ ਇਹਨਾਂ ਦਾ ਕਾਫੀ ਵੱਡਾ ਯੋਗਦਾਨ ਹੈ ਅਤੇ ਜੋ ਲੰਗਰ ਪ੍ਰਥਾ ਹੈ ਠੀਕ ਹੈ ਉਸ ਦਾ ਸਿਸਟਮ ਨੂੰ ਇਹਨਾਂ ਨੇ ਇੰਪਰੂਵ ਕੀਤਾ ਠੀਕ ਹੈ ਉਸ ਨੂੰ ਅੱਗੇ ਵਧਾਇਆ ਸਾਡੇ ਕੋਲ ਪੁੱਛਿਆ ਜਾਵੇ ਕਿ ਲੰਗਰ ਜੋ ਸਿਸਟਮ ਹੈ ਉਸ ਨੂੰ ਚਾਲੂ ਕਿਨੇ ਕੀਤਾ ਤਾਂ ਚਾਲੂ ਤਾਂ ਗੁਰੂ ਨਾਨਕ ਦੇਵ ਜੀ ਨੇ ਵਿਹਾਂ ਦਾ ਲੰਗਰ ਛਕਾ ਕੇ ਕੀਤਾ ਸੀ ਠੀਕ ਹੈ ਐਂਡ ਇਸ ਨੂੰ ਇੰਪਰੂਵ ਕੀਤਾ ਅਤੇ ਅੱਗੇ ਵਧਾਇਆ ਜੀ ਗੁਰੂ ਅੰਗਦ ਦੇਵ ਜੀ ਨੇ ਥੈਨ ਆਪਨੇ ਕੋਲ 12ਵਾਂ ਕੁਐਸਚਨ ਹੈ ਥਾ ਹੂ ਵਾਸ ਦਾ ਫਰਸਟ ਗਵਰਨਰ ਆਫ ਪੰਜਾਬ ਤਾਂ ਕਾਫੀ ਲੋਕਾਂ ਨੂੰ ਇਸ ਦਾ ਰਾਈਟ ਆਨਸਰ ਪਤਾ ਹੋਣਾ ਹੈ ਤਾਂ ਸਹੀ ਹੈ ਜੀ ਚੰਦੂ لال ਮਾਧਵ ਲਾਲ ਤ੍ਰिवेदी ਠੀਕ ਹੈ ਚੰਦੂ ਲਾਲ ਮਾਧਵ ਲਾਲ ਤ੍ਰिवेदी ਹੀ ਇਜ਼ ਦਾ ਫਰਸਟ ਗਵਰਨਰ ਹੀ ਵਾਸ ਦਾ ਫਰਸਟ ਗਵਰਨਰ ਆਫ ਪੰਜਾਬ ਠੀਕ ਹੈ ਚੰਦੂ ਲਾਲ ਮਾਧਵ ਲਾਲ ਤ੍ਰिवेदी ਠੀਕ ਹੈ ਅਤੇ ਗੋਪੀ ਚੰਦ ਪਾਰਗਵ ਸਾਨੂੰ ਸਭ ਨੂੰ ਪਤਾ ਹੈ ਹੀ ਆਪਣੇ ਜੋ ਪੰਜਾਬ ਦੇ ਫਰਸਟ ਸੀਐਮ ਸਨ ਠੀਕ ਹੈ ਫਰਸਟ ਸੀਐਮ ਸਨ ਠੀਕ ਹੈ ਅਤੇ ਫਰਸਟ ਸਿੱਖ ਸੀਐਮ ਕੌਣ ਸਨ ਪੰਜਾਬ ਦੇ ਫਰਸਟ ਸਿੱਖ सीएम ठीक है तब प्रताप कैरो ठीक है प्रताप सिंह कैरो पंजाब दे फस्ट सी एम सीएम सी एम सन ठीक है पंजाब फस्ट फर्स्ट सी एम पंजाब प्रताप सिंह कैरो सन ठीक है प्रताप सिंह कह रो फस्ट सिख सी एम सन सब तो ज्यादा वारी जो सीएम रह चुके वह हाँ जी प्रकाश सिंह ठीक है मोस्ट ऑफ द टाइम ठीक है प्रकाश सिंह सब तो ज्यादा वारी सह चुके ਸੋ ਦੈਨ 13th ਕੁਐਸਚਨ ਹੈ ਕਿ ਤੀਆਂ ਦਾ ਤਿਉਹਾਰ ਹੈ ਜੋ ਕਦੋਂ ਮਨਾਇਆ ਜਾਂਦਾ ਹੈ ਠੀਕ ਹੈ ਆਪਾਂ ਨੂੰ ਇਹਨਾਂ ਤੋਂ ਪਤਾ ਹੈ ਕਿ ਸਾਉਣ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਠੀਕ ਹੈ ਐਂਡ ਦੈਨ ਆਪਾਂ ਹੁਣ ਇੱਥੇ ਐਗਜ਼ੈਕਟਲੀ ਦੱਸਣਾ ਹੈ ਕਿ ਕਦੋਂ ਮਨਾਇਆ ਜਾਂਦਾ ਹੈ ਜੀ ਤੀਆਂ ਦਾ ਤਿਉਹਾਰ ਸਤਿਆਂ ਦਾ ਜੋ ਤਿਉਹਾਰ ਹੈ ਠੀਕ ਹੈ ਇਹ ਸਾਉਣ ਦੇ ਮਹੀਨੇ ਦੀ ਤੀਜੀ ਤਿਥ ਨੂੰ ਮਨਾਇਆ ਜਾਂਦਾ ਹੈ ਠੀਕ ਹੈ ਸਾਉਣ ਮਹੀਨੇ ਦੀ ਤੀਜੀ ਤਿਥ ਨੂੰ ਮਨਾਇਆ ਜਾਂਦਾ ਹੈ ਜੀ ਤੀਆਂ ਦਾ ਤਿਉਹਾਰ ਠੀਕ ਹੈ ਜੀ तो अपना फोर्टीन क्वेश्चन है जीएसटी तो जीएसटी ठीक है ग्रोस गुड्स एंड सर्विस टैक्स ठीक है गुड्स एंड सर्विस टैक्स तो ये जो है ये एक इनडायरेक्ट टैक्स है ठीक है इनडायरेक्ट टैक्स है ठीक है अते ये जो इनडायरेक्ट टैक्स है अते कंजप्शन पेस टैक्स टैक्स ठीक टेक है, है खपत आधारित ये जो है जी ये टैक्स है एंड देन जो कि है एक ਕਨਸਟੀਟਿਊਸ਼ਨਲ ਅਮੈਂਡਮੈਂਟ ਠੀਕ ਹੈ 101 ਜੋ ਸੰਵਿਧਾਨਿਕ ਸ਼ੋਧ ਹੋਈ ਸੀ ਠੀਕ ਹੈ ਤਾਂ ਉਸ ਦੇ ਤਹਿਤ ਜੋ ਹੈ ਇਸ ਨੂੰ ਬਣਾਇਆ ਗਿਆ ਸੀ 101ਵੀਂ ਸੰਵਿਧਾਨਿਕ ਸੰਸ਼ੋਧ ਦੇ ਦੌਰਾਨ ਇਸ ਨੂੰ ਸਦਨ ਵਿੱਚ ਐਡ ਕੀਤਾ ਗਿਆ ਸੀ ਠੀਕ ਹੈ ਤਾਂ ਇਸ ਵਿੱਚ ਡਿਫਰੈਂਟ ਡਿਫਰੈਂਟ ਸਲੈਬਸ ਹੁੰਦੀਆਂ ਹਨ ਠੀਕ ਹੈ ਟੈਕਸ ਦੀਆਂ ਜਿਵੇਂ 18% 28% 15% ਉਸ ਤਰ੍ਹਾਂ ਕਰਕੇ ਤਾਂ ਸਿੰਪਲ ਜੋ ਆਪਾਂ ਇੱਥੇ ਦੱਸਣਾ ਹੈ ਕਿ GST ਬੀਕਮ ਇਫੈਕਟਿਵ ਫਰੋਮ ਤਾਂ ਜੋ GST ਹੈ ਜੀ ਇਹ ਭਾਰਤ ਵਿੱਚ ਕਦੋਂ ਲਾਗੂ ਹੋਇਆ 1 ਜੁਲਾਈ 2017 ਨੂੰ ਠੀਕ ਹੈ 1 ਜੁਲਾਈ 2017 ਨੂੰ GST ਜੋ ਹੈ ਭਾਰਤ ਵਿੱਚ ਲਾਗੂ ਹੋਇਆ ਠੀਕ ਹੈ ਜੀ 1 ਜੁਲਾਈ 2017 ਨੂੰ GST ਜੋ ਹੈ ਭਾਰਤ ਵਿੱਚ ਲਾਗੂ ਹੋਇਆ ਥੈਨ ਆਪਣਾ ਅੱਜ ਦਾ ਆਪਣਾ ਲਾਸਟ ਕੁਐਸਚਨ ਹੈ ਤਾਂ ਵਿਸ਼ਵ ਜੋ ਜੰਗਲੀ ਜੀਵਨ ਹਫਤਾ ਕਦੋਂ ਮਨਾਇਆ ਜਾਂਦਾ ਹੈ ਠੀਕ ਹੈ ਵਰਲਡ ਵਾਈਲਡ ਲਾਈਫ ਵੀਕ ਕਦੋਂ ਮਨਾਇਆ ਜਾਂਦਾ ਹੈ ਇੰਨਾ ਵਿੱਚ ਤੁਸੀਂ ਦੱਸਣਾ ਹੈ ਕਿ ਜੋ ਵਰਲਡ ਵਾਈਡ ਲਾਈਫ ਵੀਕ ਹੈ ਠੀਕ ਹੈ ਅਕਤੂਬਰ ਦੇ ਪਹਿਲੇ ਹਫਤੇ ਮਨਾਇਆ ਜਾਂਦਾ ਜੀ ਫਰਸਟ ਵੀਕ ਆਫ ਅਕਤੂਬਰ ਠੀਕ ਹੈ ਫਰਸਟ ਵੀਕ ਆਫ ਅਕਤੂਬਰ ਵਿੱਚ ਮਨਾਇਆ ਜਾਂਦਾ ਹੈ ਜੀ ਵਰਲਡ ਵਾਈਲਡ ਲਾਈਫ ਵੀਕ ਠੀਕ ਹੈ ਜੀ ਤਾਂ WhatsApp ਗਰੁੱਪਸ ਦਾ ਹਿਸਾਬ ਬਣਨ ਲਈ ਸਿੰਪਲੀ ਤੁਸੀਂ ਆਪਣਾ ਨਈ ਪੇਪਰ ਸਿਟੀ ਐਂਡ ਮੇਲ ਫੀਮਨ ਮੈਂਸ਼ਨ ਕਰਕੇ ਆਪਣੇ ਇਸ ਨੰਬਰ ਤੇ ਭੇਜ ਸਕਦੇ ਹੋ ਤਾਂ Telegram ਚੈਨਲ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ ਠੀਕ ਹੈ ਕੋਈ ਵੀ ਇਨਫੋਰਮੇਸ਼ਨ ਤੁਹਾਨੂੰ ਉੱਥੇ ਜਲਦੀ ਤੋਂ ਜਲਦੀ ਪਹੁੰਚਾਈ ਜਾਏਗੀ ਕੀ ਇੰਸਟਾਗ੍ਰam ਨੂੰ ਫੋਲੋ ਕਰ ਸਕਦੇ ਹੋ ਐਂਡ ਫੇਸਬੁਕ ਪੇਜ ਨੂੰ ਲਾਈਕ ਕਰਕੇ ਰੱਖ ਸਕਦੇ ਹੋ ਸੋ ਇਹ ਹੈ ਜੀ ਆਪਣੀ ਵੀਡੀਓ ਦਾ ਐਂਡ ਸੋ ਥੈਂਕ ਯੂ ਫॉर ਲਿਸਨਿੰਗ ਗੋਡ ਬlesਸ ਯੂ ਆਲ ਅਤੇ ਵੀਡੀਓ ਕਿਵੇਂ ਦੀ ਲੱਗੀ ਹੈ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ